ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਫਰੈਸ਼ੀ ਆਊਟ ਕਰ ਦਿੱਤਾ ਗਿਆ ਹੈ ਪੰਜਾਬ ਪੁਲਿਸ ਦੇ ਲਈ ਇਸ ਦੇ ਵਿੱਚ ਪੰਜਾਬ ਪੁਲਿਸ ਦੀਆਂ ਨਿਊ ਰਿਕਰੂਟਮੈਂਟ ਜਿਹੜੀਆਂ ਨੇ ਆਊਟ ਹੋ ਚੁੱਕੀਆਂ ਨੇ ਕਿੱਦਾਂ ਤੁਸੀਂ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਰਿਕਰੂਟਮੈਂਟ 'ਚ ਕੀ ਕੀ ਐਲੀਜੀਬਿਲਿਟੀ ਮੰਗੀ ਗਈ ਹੈ ਇਹਦੇ ਸਿਲੇਬਸ ਕੀ ਹੈ ਸਭ ਕੁਝ ਤੁਹਾਨੂੰ ਦੱਸਾਂਗਾ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਣਾ ਜੀ ਫਸਟ ਟਾਈਮ ਸਾਡੇ ਚੈਨ recruitment notification ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਜਦ ਵੀ ਮੈਂ ਆਪਣੇ ਚਾਲ ਤੇ ਅਪਡੇਟ ਕਰਾਂਗਾ ਜੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਜੀ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ 'ਚ ਤੁਸੀਂ ਡਾਊਨਲੋਡ ਕਰ ਪਾਉਗੇ ਔਰ ਨਾਲ ਦੀ ਨਾਲ ਅਗਰ ਤੁਸੀਂ ਚਾਹਦੇ ਹੋ ਇਸੇ ਤਰ੍ਹਾਂ ਸਾਰੇ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਈਮੇਲ ਬਾਕਸ 'ਚ ਤੁਹਾਨੂੰ ਮਿਲ ਜਾਣ ਤਾਂ ਸਿੰਪਲੀ ਤੁਸੀਂ ਜੇ ਕੀ ਕਰਨਾ ਹੈ Google 'ਚ ਜਾ ਕੇ ਟਾਈਪ ਕਰਨਾ ਹੈ clory.com ਫਸਟ ਨੰਬਰ ਤੁਹਾਨੂੰ ਸਾਡੀ ਵੈਬਸਾਈਟ ਮਿਲ ਜਾਏਗੀ ਉੱਥੋਂ ਤੁਸੀਂ ਚੈੱਕ ਕਰਕੇ ਅਪਲਾਈ ਕਰ ਪਾਉਗੇ ਹਰ ਇੱਕ ਪੋਸਟ ਦੇ ਲਈ ਜਿਹੜੀਆਂ ਵੀ ਕੋਈ ਨਵੀਆਂ ਰਿਕਰੂਟਮੈਂਟ ਆਉਂਦੀਆਂ ਨੇ ਉਹ ਸਭ ਤੋਂ ਪਹਿਲਾਂ ਤੁਹਾਡੀ ਈਮੇਲ ਬਾਕਸ ਤੇ ਤੁਹਾਨੂੰ ਮਿਲ ਜਾਇਆ ਕਰੇਗੀ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਵੱਲ ਜੋ ਕਿ ਮੈਂ ਡਾਊਨਲੋਡ ਕਰ ਚੁੱਕਾ ਹਾਂ ਜੋ ਕਿ ਫਰੈਸ਼ ਹੀ ਅਪਡੇਟ ਹੋਇਆ ਹੈ ਪੰਜਾਬ ਦੀ ਵੈਬਸਾਈਟ ਦੇ ਉੱਪਰ ਜੋ ਕਿ ਪੰਜਾਬਪੁਲਿਸ.gov.in ਤੇ ਹੋਇਆ ਹੈ ਜੀ ਮੈਂ ਤੁਹਾਨੂੰ ਚੈੱਕ ਕਰਕੇ ਆਰ ਦਿਨਾ ਡਾਊਨਲੋਡ ਮੈਂ ਕਰ ਚੁੱਕਾ ਹਾਂ ਤੇ ਹੁਣ ਚੱਲਦੇ ਹਾਂ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਵੱਲ ਸਭ ਤੋਂ ਪਹਿਲਾਂ ਗੱਲ ਕਰ ਲੈਣੀ ਹੈ ਜੀ ਇੰਪੋਰਟੈਂਟ ਡੇਟਸ ਦੀ ਇਸ ਦੇ ਲਈ ਜਿਹੜਾ ਐਪਲਾਈ ਕਰਨਾ 4 ਅਗਸਤ 2021 4 ਵਜੇ ਤੋਂ ਸਟਾਰਟ ਹੋ ਜਾਏਗਾ ਔਰ ਇਸ ਚ ਲਾਸਟ ਡੇਟ ਐਪਲਾਈ ਕਰਨ ਦੀ ਜਿਹੜੀ ਹੈਗੀ 25 ਅਗਸਤ 2021 ਹੈ ਜੋ ਕਿ ਰਾਤ ਨੂੰ 12 ਵਜੇ ਤੱਕ ਤੁਸੀਂ ਐਪਲਾਈ ਕਰ ਸਕਦੇ ਹੋ ਔਰ ਐਪਲੀਕੇਸ਼ਨ ਜਿਹੜੀਆਂ ਨੇ 11:55 ਮਿੰਟ ਤੋਂ ਬਾਅਦ ਅਗਰ ਕੋਈ ਪਹੁੰਦੀਆਂ ਨੇ ਜੋ ਕਿ 25 ਅਗਸਤ ਨੂੰ ਉਹ ਤਾਂ ਉਹਦੇ ਲਈ ਇੰਟਰਟੇਨ ਨਹੀਂ ਕੀਤੀਆਂ ਜਾਣਗੀਆਂ ਸੋ ਤੁਸੀਂ ਜਿਹੜਾ ਜੀ ਇਹਦੇ ਵਿੱਚ ਜਿਹੜਾ 25 ਅਗਸਤ ਤੋਂ ਜਿਹੜਾ 11:55 ਮਿੰਟ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਤੁਸੀਂ ਐਪਲਾਈ ਕਰ ਲੈਣਾ ਹੈ ਜੀ ਇਹਨਾਂ ਨੇ ਹੈਲਪਲਾਈ ਦਿੱਤਾ ਹੋਇਆ ਜੋ ਕਿ ਤੁਸੀਂ ਦੇਖ ਪਾ ਰਹੇ ਹੋ ਇਸ ਹੈਲਪਲਾਈਨ ਤੇ ਕਾਲ ਕਰਕੇ ਤੁਸੀਂ ਆਪਣੀ ਸਾਰੀ ਤਰ੍ਹਾਂ ਦੀ ਕੁਇਰੀ ਜਿਹੜੀਆਂ ਨੇ ਉਹ ਸੋਲਵ ਕਰ ਸਕਦੇ ਹੋ ਔਰ ਇਹਦੇ ਵਿੱਚ ਇੱਕ ਨਾਣੀ ਗ੍ਰੀਵੈਂਸ ਵਿੰਡੋ ਵੀ ਦਿੱਤੀ ਹੋਈ ਹੈ ਤੁਹਾਡੀ ਹੈਲਪ ਦੇ ਲਈ ਸੋ ਅਵੇਲੇਬਲ ਹੈ ਇਸ ਲਿੰਕ ਨੂੰ ਤੁਸੀਂ ਕਾਪੀ ਕਰਕੇ ਬ੍ਰਾਊਜ਼ਰ ਚ ਪੇਸਟ ਜ਼ਰੂਰ ਕਰ ਲੈਣਾ ਤੇ ਇੱਥੋਂ ਤੁਸੀਂ ਜਿਹੜਾ ਹੈ ਜੀ ਅਪਲਾਈ ਕਰ ਪਾਉਗੇ ਔਨਲਾਈਨ ਵੀ ਔਰ ਆਪਣੀ ਗ੍ਰੀਵੈਂਸ ਰਿਲੇਟਿਡ ਹੈਲਪ ਵੀ ਲੈ ਸਕਦੇ ਹੋ ਉੱਪਰ ਉਹਨਾਂ ਨੇ ਅਪਲਾਈ ਕਰਨ ਲਈ ਲਿੰਕ ਜਿਹੜਾ ਹੈ ਜੀ ਦਿੱਤਾ ਹੋਇਆ ਉਹ ਤੁਸੀਂ ਇੱਥੇ ਦੇਖ ਪਾ ਰਹੇ ਹੋ ਇੱਥੋਂ ਤੁਸੀਂ ਜਿਹੜਾ ਔਨਲਾਈਨ ਅਪਲਾਈ ਕਰਨਾ ਹੈ ਇਹਦੇ ਲਈ ਸਿੰਪਲੀ ਤੁਹਾਡਾ ਜਿਹੜ ਕੀ ਕੀ ਕਰਨਾ ਹੈ ਜੀ ਰਜਿਸਟ੍ਰੇਸ਼ਨ ਕਰਨੀ ਹੈ ਜਿਸ ਦੇ ਵਿੱਚ ਤੁਹਾਡਾ ਨਾਮ, ਈਮੇਲ ਆਈਡੀ ਤੇ ਮੋਬਾਈਲ ਨੰਬਰ ਵਰਕੇ ਤੁਸੀਂ ਜਿਹੜਾ ਭਰ ਲੈਣਾ ਹੈ। ਉਹਦੇ ਨਾਲ ਤੁਹਾਡੀ ਈਮੇਲ ਆਈਡੀ ਦੇ ਉੱਪਰ ਤੁਹਾਨੂੰ ਜਿਹੜਾ ਇੱਕ ਨਵਾਂ ਮਤਲਬ ਆ ਜਾਏ ਲਿੰਕ ਆ ਜਾਏਗਾ ਜਿਸ ਦੇ ਵਿੱਚ ਯੂਜ਼ਰ ਆਈਡੀ ਪਾਸਵਰਡ ਕ੍ਰੀਏਟ ਹੋਇਆ ਹੋਵੇਗਾ। ਉਹ ਭਰ ਕੇ ਤੁਸੀਂ ਜਿਹੜਾ ਲੌਗਇਨ ਕਰ ਲੈਣਾ ਹੈ। ਜਿੱਦਾਂ ਤੁਸੀਂ ਲੌਗਇਨ ਕਰ ਲੈਂਦੇ ਹੋ, ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਡਿਟੇਲ ਭਰਨੀ ਹੋਏਗੀ ਜਿੱਦਾਂ ਕਿ ਤੁਹਾਡਾ ਨਾਮ, ਤੁਹਾਡੀ ਕੁਆਲੀਫਿਕੇਸ਼ਨ, ਤੁਹਾਡੇ ਪਰਸਨਲ ਐਡਰੈਸ ਤੇ ਬਾਕੀ ਡਿਟੇਲਸ ਜਿੱਦਾਂ ਕਿ ਕੈਟਾਗਰੀ ਔਰ ਕਿਸ ਪੋਸਟ ਲਈ ਅਪਲਾਈ ਕਰ ਰਹੇ ਹੋ। ਸਾਰੇ ਡ ਕਿ ਹੋਇਆ ਕਿ ਇਸ ਫਾਰਮੈਟ ਤੁਸੀਂ ਕਰਨਾ ਹੈ ਉਸ ਫਾਰਮੈਟ ਸੀ ਤੁਹਾਨੂੰ ਜਿਹੜਾ ਹੈ ਇਹ ਚ ਭਰਨਾ ਪਵੇਗਾ ਜਿੱਦਾਂ ਤੁਸੀਂ ਅਪਲੋਡ ਕਰਦੇ ਹੋ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਪੇ ਕਰਨ ਦੀ ਐਪਲੀਕੇਸ਼ਨ ਫੀ ਪੇ ਕਰਨ ਦੀ ਜਿਹੜੀ অপਸ਼ਨ ਹੈ ਮਿਲ ਜਾਂਦੀ ਹੈ ਫਿਰ ਤੁਸੀਂ ਐਪਲੀਕੇਸ਼ਨ ਫੀ ਆਨਲਾਈਨ ਪੇ ਕਰ ਸਕਦੇ ਹੋ ਡੈਬਿਟ ਕਾਰਡ ਕ੍ਰੈਡਿਟ ਕਾਰਡ ਤੇ ਨੈੱਟ ਬੈਂਕਿੰਗ ਦੇ ਦਰੋਂ ਪੇ ਕਰਨ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਜਾਂਦੀ ਹੈ ਕੰਪਲੀਟਲੀ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਇਸ ਦੇ ਵਿੱਚ ਗੱਲ ਕਰਦੇ ਹਾਂ ਐਲੀਜੀਬਿਲਿਟੀ ਜਿਹੜੀ ਮੰਗੀ ਗਈ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ ਜੀ ਇਸਦੇ ਵਿੱਚ ਬਾਕੀ ਜਿਹੜੇ ਪੋਸਟਾਂ ਨਿਕਲੇ ਸੀ ਉਹਦੇ ਤਰ੍ਹਾਂ ਹੀ ਜਿਹਦੇ ਨਾਲ ਦੱਸਿਆ ਕਿ ਸਿਟੀਜ਼ਨ ਹੋਣੇ ਚਾਹੀਦੇ ਇੰਡੀਆ ਦੇ ਤੁਸੀਂ ਠੀਕ ਹੈ ਜੀ ਕੋਈ ਵੀ ਰੈਜ਼ੀਡੈਂਸ ਬਾਹਰ ਦਾ ਜਾਂ ਪਰਮਨੈਂਟ ਰੈਜ਼ੀਡੈਂਸ ਹੈ ਜਾਂ ਕਿਸੇ ਦੀ ਗ੍ਰੀਨ ਕਾਰਡ ਹੈ ਉਹ ਜਿਹੜਾ ਇਹਦੇ ਲਈ ਅਪਲਾਈ ਨਹੀਂ ਕਰ ਸਕਦਾ ਜੀ ਇੱਥੇ ਏਜ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਮਿਨੀਮਮ ਤੁਹਾਡੀ ਜਿਹੜੀ ਐ ਮੈਕਸਿਮਮ ਵੀ ਜਿਹੜੀ ਹੈ ਜੀ 21 ਸਾਲ ਹੋਣੀ ਚਾਹੀਦੀ ਹੈ ਤੇ ਤੁਸੀਂ ਇਹਦੇ ਲਈ ਮਿਨੀਮਮ سوری 21 ਸਾਲ ਹੋਣੀ ਚਾਹੀਦੀ ਤੇ ਮੈਕਸਮ ਜਿਹੜੀ ਹੈ ਜੀ 28 ਸਾਲ ਵਾਲੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਇਹ ਲੈ ਇਹ ਰੈਲੈਕਸੇਸ਼ਨ ਦਿੱਤੀ ਜਾਏਗੀ ਜੋ ਕਿ ਐਸ ਪਰ ਗਵਰਨਮੈਂਟ ਨੋਰਮ ਰਹੇਗੀ ਜਿਸ ਦੇ ਵਿੱਚ 5 ਸਾਲ ਦਾ ਤੁਹਾਨੂੰ ਜਿਹੜਾ ਸ਼ੈਡਿਊਲ ਕਾਸਟ ਤੇ ਬੈਕਵਰਡ ਕਾਸਟ ਕੈਂਡੀਡੇਟ ਨੂੰ ਏਜ ਰੈਲੈਕਸੇਸ਼ਨ ਹੈ ਐਕਸ ਸਰਵਿਸਮੈਨ ਜਿਹੜੇ ਹੋਣਗੇ ਪੰਜਾਬ ਦੇ ਉਹਨਾਂ ਨੂੰ 3 ਸਾਲ ਦਾ ਉਸ ਤੋਂ ਬਾਅਦ ਜਿਹੜੇ ਰੈਗੂਲਰ EMPLOYEES ਹੈਗੇ ਨੇ ਜਿਹੜੇ ਕਿ ਆਲਰੇਡੀ ਗਵਰਨਮੈਂਟ ਕਿਸੇ ਵੀ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਦੇ ਵਿੱਚ 5 ਸਾਲ ਦਾ ਜਿਹੜਾ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਮਤਲਬ ਉਹਦੇ ਵਿੱਚ ਸਟਰੀਮ ਦੇ ਵਿੱਚ ਤੁਸੀਂ ਅਪਲਾਈ ਕਰ ਪਾਉਗੇ ਮੰਡੀਟਰੀ ਕੁਆਲਿਫਿਕੇਸ਼ਨ ਜਿਹੜੀ ਹੈ ਪੰਜਾਬੀ ਵਿੱਚ 10th ਪਾਸ 10th ਵਿੱਚ ਤੁਹਾਡੀ ਜਿਹੜੀ ਪੰਜਾਬੀ ਸਬਜੈਕਟ ਨਾਲ ਪਾਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਜ਼ੀਕਲ ਸਟੈਂਡਰਡ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ 5 ਫੁੱਟ 5 ਇੰਚ ਹਾਈਟ ਤੁਹਾਡੀ ਹੈਗੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ 5 ਫੁੱਟ 1 ਇੰਚ ਫੀਮੇਲ ਕੈਂਡੀਡੇਟਸ ਦੇ ਲਈ ਹੈ ਸਿਲੈਕਸ਼ਨ ਪ੍ਰੋਸੈਸ ਤੁਹਾਡਾ ਰਹੇਗਾ 2 ਸਟੇजेस ਜਿੱਦਾਂ ਕਿ ਪਹਿਲਾ CBT ਇਗਜ਼ਾਮ ਹੋਣਾ ਹੈ ਤੁਹਾਡਾ CBT ਇਗਜ਼ਾਮ ਹੋਣ ਤੋਂ ਬਾਅਦ ਜੇ ਜਦੋਂ ਤੁਸੀਂ ਮਲਟੀ ਕੁਆਲੀਫਾਈ ਹੋ ਜਾਂਦੇ ਹੋ ਫਿਰ ਤੁਹਾਡਾ ਸਟੇਜ 2 ਦੇ ਵਿੱਚ ਜਿਹੜੀ ਡਾਕੂਮੈਂਟ ਸਕਿਉਰਿਟੀ ਹੋਏਗੀ ਜੋ ਕਿ ਤੁਹਾਡੇ ਮਤਲਬ ਚੈੱਕ ਹੋਣਗੇ ਪੂਰੇ ਡਾਕੂਮੈਂਟਸ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗਾ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ ਤੋ ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਹੀ ਕੁਆਲੀਫਾਈਇੰਗ ਨੇਚਰ ਰਹੇਗਾ ਅਗਰ ਤੁਸੀਂ ਇਹਨਾਂ ਚੋ ਕਿਤੇ ਵੀ ਹੋ ਨਹੀਂ ਪਾਸ ਹੁੰਦੇ ਹੋ ਤਾਂ ਤੁਸੀਂ ਉਸ ਜਿਹੜੇ ਰਿਜੈਕਟ ਕਰ ਦਿੱਤੇ ਜਾਓਗੇ ਨੈਕਸਟ ਇਸ ਸਟੇਜ 1 ਜਿਹੜਾ ਕੰਪਿਊਟਰ ਬੇਸਡ ਟੈਸਟ ਹੋਏਗਾ ਇਸ ਦੇ ਵਿੱਚ ਤੁਹਾਡੇ ਜਿਹੜੇ ਮਲਟੀਪਲ ਚੋਇਸ ਕੁਐਸਚਨਸ ਤੁਹਾਨੂੰ ਜਿਹੜੇ ਨੇ ਦਿੱਤੇ ਜਾਣਗੇ ਸੋ ਇਸ ਦੇ ਵਿੱਚ ਟੋਟਲ ਜਿਹੜੇ ਕੁਐਸਚਨਸ ਹੋਣਗੇ ਤੁਹਾਡੇ 100 ਹੋਣਗੇ ਔਰ ਮਾਰਕਸ ਜਿਹੜੇ ਨੇ ਤੁਹਾਡੇ 400 ਮਾਰਕਸ ਦੇ ਹੋਣਗੇ ਔਰ 2 ਘੰਟੇ ਦਾ ਟਾਈਮ ਤੁਹਾਨੂੰ ਦਿੱਤਾ ਜਾਏਗਾ ਜਿਸ ਦੇ ਵਿੱਚ ਜਨਰਲ ਅਵੇਅਰਨੈਸ ਤੇ 50 ਕੁਐਸਚਨਸ ਹੋਣਗੇ ਕੁਆਂਟੀਟੀ ਅਪਟੀਟਿਊਡ ਦੇ ਪੰਜਾਬੀ ਲੈਂਗੁਏਜ ਦੇ 20 ਕੁਐਸ਼ਨਸ ਹੋਣਗੇ ਪੇਪਰ 2 ਦੇ ਵਿੱਚ ਤੁਹਾਡੇ ਲੌਜੀਕਲ ਐਨਾਲਿਟিক্যাল ਰੀਜਨਿੰਗ ਦੇ 50 ਕੁਐਸ਼ਨਸ ਹੋਣਗੇ ਔਰ ਇਸ ਦੇ ਵਿੱਚ ਵੀ ਤੁਹਾਨੂੰ ਜਿਹੜੇ ਨੇ 100 ਕੁਐਸ਼ਨਸ ਹੋਣਗੇ ਜੋ ਕਿ 400 ਮਾਰਕਸ ਦੇ ਹੋਣਗੇ ਡਿਜੀਟਲ ਲਿਟਰੇਸੀ ਦੇ 30 ਹੋਣਗੇ ਉਸ ਤੋਂ ਬਾਅਦ 20 ਕੁਐਸ਼ਨ ਇੰਗਲਿਸ਼ ਲੈਂਗੁਏਜ ਦੇ ਜਿਹੜੇ ਤੁਹਾਡੇ ਜੀ ਉਹ ਪੁੱਛੇ ਜਾਣਗੇ ਸੋ ਤੋਂ ਇਹਦੇ ਲਈ ਤਿਆਰੀ ਤੁਸੀਂ ਜਿਹੜੀ ਹੈ ਜੀ ਉਹ ਕਰ ਲੈਣੀ ਹੈ ਕੰਪਲੀਟ ਤੁਸੀਂ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰਦੇ ਕੰਪਿਊਟਰ بیس ਟੈਸਟ ਜਿਹੜਾ ਫਾਰਮੈਟ ਹੋਏਗਾ ਰਿਟਨ ਟੈਸਟ ਉਹ ਜਿਹੜਾ ਅਟੈਂਪਟ ਕੁਐਸਚਨ ਦੇ ਵਿੱਚ ਤੁਸੀਂ ਦੇਖ ਲੈਣੇ ਨੇ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਜਿਹੜਾ ਮੇਨ ਹੈ ਕਿ ਤੁਹਾਡਾ ਮਲਟੀਪਲ ਚੁਆਇਸ ਕੁਐਸਚਨ ਹੈ ਤਾਂ ਤੁਸੀਂ ਆਪਣੇ ਅਕੋਰਡਿੰਗਲੀ ਜਿਹੜੀਆਂ ਨੇ ਆਨਸਰ ਜ਼ਰੂਰ ਦੇ ਸਕਦੇ ਹੋ ਲੇਕਿਨ ਇੱਥੇ ਤੁਹਾਡੀ ਨੈਗੇਟਿਵ ਮਾਰਕਿੰਗ ਦੇ ਰਿਲੇਟਡ ਉਹਨਾਂ ਨੇ ਲਿਖਿਆ ਹੋਇਆ ਹੈ ਕਿ 25% ਤੁਹਾਡੀ ਜਿਹੜੀ ਨੈਗੇਟਿਵ ਮਾਰਕਿੰਗ ਕੱਟੀ ਜਾਏਗੀ ਅਗਰ ਤੁਹਾਡਾ ਇੱਕ ਕੁਐਸਚਨ ਗਲਤ ਹੁੰਦਾ ਹੈ ਸੋ ਇਸ ਦੇ ਵਿੱਚ ਬਾਕੀ ਜਿਹੜੀ ਡਿਟੇਲਸ ਨੇ ਤੁਸੀਂ ਖੁਦ ਵੀ ਪੜ ਸਕਦੇ ਹੋ ਸੋ ਇਹਨਾਂ ਨੇ ਕੁਝ ਕੰਡੀਸ਼ਨ ਜਿਹੜੀਆਂ ਨੇ ਉਹ ਤੁਹਾਨੂੰ ਲਿਖੀਆਂ ਹੋਈਆਂ ਨੇ ਤੁਹਾਡੇ ਡਾਕੂਮੈਂਟ ਦੇ ਰਿਲੇਟਿਡ ਠੀਕ ਹੈ ਜੀ ਉਹ ਵੀ ਤੁਸੀਂ ਇੱਕ ਵਾਰੀ ਪੜ ਲੈਣਾ ਤੇ ਇਸ ਦੇ ਵਿੱਚ ਤੁਹਾਡੇ ਜਿਹੜੇ ਪ੍ਰੂਫ ਹੋਣਗੇ ਉਹ ਕਿਹੜੇ-ਕਿਹੜੇ ਹੋਣਗੇ ਉਹ ਤੁਹਾਨੂੰ ਦੱਸ ਦਿੰਨਾ ਹੈ ਜੀ ਮੈਟ੍ਰਿਕ ਦਾ ਸਰਟੀਫਿਕੇਟ ਜਿਹੜਾ ਵੈਰੀਫਾਈ ਹੋਏਗਾ ਤੁਹਾਡਾ ਜਿਹੜੀ ਏਜ ਲਿਖੀ ਹੋਈ ਹੈ ਗ੍ਰੈਜੂਏਸ਼ਨ ਡਿਗਰੀ ਜਿਹੜੀ ਉਹ ਚਾਹੀਦੀ ਹੋਏਗੀ ਪ੍ਰੂਫ ਜਿਹੜੇ ਵਿੱਚ ਤੁਸੀਂ ਪੰਜਾਬੀ ਸਬਜੈਕਟ ਨਵਾਂ ਪਾਸ ਕੀਤੀ ਹੋਏ ਸਰਟੀਫਿਕੇਟ ਜਿਹੜਾ ਕਿ ਤੁਹਾਡੇ ਕਿਸੇ ਵੀ ਰਿਜ਼ਰਵ ਕੈਟਾਗਰੀ ਨੂੰ ਦਖਾਨਦਾ ਉਹ ਨੋ ਜੋਸ਼ਨ ਐਨਓਸੀ ਚਾਹੀਦੀ ਹੋਏਗੀ ਅਗਰ ਤੁਸੀਂ ਕਿਸੇ ਕਨਸਰਟ ਗਵਰਨਮੈਂਟ EMPLOYEE ਉਹਦੇ ਲਈ ਠੀਕ ਹੈ ਜੀ ਨੈਕਸਟ ਗੱਲ ਕਰੀਏ ਫਿਜ਼ੀਕਲ ਮੈਰਮੈਂਟ ਟੈਸਟ ਦੇ ਵਿੱਚ ਇਹਨਾਂ ਨੇ ਕੀ ਕੀ ਦੱਸਿਆ ਹੋਇਆ ਹੈ ਫਿਜ਼ੀਕਲ ਸਕ੍ਰੀਨ ਟੈਸਟ ਦੇ ਵਿੱਚ ਤੁਹਾਡੇ ਕੋਲ ਜਿਹੜੇ ਹੈ ਜੀ ਫਿਜ਼ੀਕਲ ਮੀਜ਼ਰਮੈਂਟ ਦੇ ਵਿੱਚ 5.4 ਜਿਹੜਾ ਤੁਹਾਡਾ ਉਹਨਾਂ ਨੇ ਹਾਈਟ ਦੇ ਰਿਲੇਟਿਡ ਲਿਖਿਆ ਜੋ ਕਿ ਆਲਰੇਡੀ ਤੁਹਾਨੂੰ ਦੱਸਿਆ ਹੈ ਬਾਕੀ ਇਸ ਦੇ ਵਿੱਚ ਜਿਹੜਾ ਫੀਮੇਲ ਮੇਲ ਕੈਂਡੀਡੇਟ ਨੇ ਉਹਨਾਂ ਨੂੰ 800 ਮੀਟਰ ਦਾ ਟਰੈਕ ਹੋਵੇਗਾ 4 ਮਿੰਟਸ ਕੰਪਲੀਟ ਕਰਨਾ ਹੋਵੇਗਾ ਲੌਂਗ ਜੰਪ 2.75 ਮੀਟਰ ਦਾ ਜੋ ਕਿ 3 ਚਾਂਸ ਮਿਲਣਗੇ ਹਾਈ ਜੰਪ ਜਿਹੜਾ ਜੀ 0.90 ਮੀਟਰ 3 ਚਾਂਸ ਮਿਲਣਗੇ ਐਕਸਰਸਿਸਮਨ ਮੇਲ ਦੇ ਲਈ 35 ਸਾਲ ਤੋਂ ਲੈ ਕੇ ਜਿਹੜੇ ਅਬਵ ਨੇ ਉਹ ਉਹਨਾਂ ਲਈ ਜਿਹੜੀ 800 ਮੀਟਰ ਦਾ ਟਰੈਕ ਹੋਏਗਾ 6 ਮਿੰਟ ਚ ਪੂਰਾ ਤੁਹਾਨੂੰ ਕਰਨਾ ਹੀ ਪਏਗਾ ਨੈਕਸਟ ਫੀਮੇਲ ਕੈਂਡੀਡੇਟ ਲਈ 400 ਮੀਟਰ ਦਾ ਟਰੈਕ ਹੋਏਗਾ 2 ਮਿੰਟ ਚ ਕਰਨਾ ਹੋਏਗਾ ਇੱਕ ਹੀ ਚਾਂਸ ਦਿੱਤਾ ਜਾਏਗਾ ਔਰ ਲੌਂਗ ਜੰਪ 1.80 ਮੀਟਰ ਦਾ ਤਿੰਨ ਚਾਂਸ ਹੋਣਗੇ ਹਾਈ ਜਪ 0.75 ਮੀਟਰ ਤਿੰਨ ਚਾਂਸ ਤਾਂ ਮ ਜਿਹੜੇ ਨੇ ਜੀ ਦਿੱਤੇ ਜਾਣਗੇ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਸਿਲੈਕਸ਼ਨ ਲਿਸਟ ਦੇ ਵਿੱਚ ਤੁਹਾਨੂੰ ਜਿਹੜਾ ਇਹਨਾਂ ਦੀ ਵੈਬਸਾਈਟ ਤੇ ਅਪਡੇਟ ਕੀਤਾ ਜਾਏਗਾ ਜੀ ਮੈਰਿਟ ਲਿਸਟ ਵੀ ਅਵੇਲੇਬਲ ਹੋਏਗੀ ਤੁਸੀਂ ਚੈੱਕ ਕਰ ਪਾਉ ਅਪਡੇਟ ਕਰ ਦਿੱਤੀ ਜਾਏਗੀ ਮੈਡੀਕਲ ਇਗਜ਼ਾਮੀਨੇਸ਼ਨ ਦੇ ਵਿੱਚ ਉਹਨਾਂ ਨੇ ਕੁਝ ਕੰਡੀਸ਼ਨਸ ਲਿਖਿਆ ਨੇ ਉਹ ਵੀ ਤੁਸੀਂ ਪੜ ਲੈਣੀਆਂ ਨੇ ਜੀ ਔਰ ਵੈਰੀਫਿਕੇਸ਼ਨ ਜਾਂ ਜੁਆਇਨਿੰਗ ਦੇ ਰਿਲੇਟਿਡ ਉਹ ਸਭ ਉਹਨਾਂ ਨੇ ਪਹਿਲਾਂ ਤੋਂ ਮੈਂਸ਼ਨ ਹੈ ਉਹ ਪੜ ਕੇ ਹੀ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਐਪਲੀਕੇਸ਼ਨ ਫੀ ਦੀ ਮੈਂ ਗੱਲ ਕਰਾਂ ਤਾਂ ਇਸ ਦੇ ਵਿੱਚ ਜਨਰਲ ਕੈਟਾਗਰੀ ਵਾਲੇ ਕੈਂਡੀਡੇਟ ਲਈ ਐਪਲੀਕੇਸ਼ਨ ਫੀ 400 ਰੁਪਏ ਇਗਜ਼ਾਮੀਨੇਸ਼ਨ ਫੀ 600 ਟੋਟਲ 1100 ਰੁਪਏ ਤੁਹਾਨੂੰ ਪੇ ਕਰਨਾ ਹੋਵੇਗਾ ਐਕਸ ਸਰਵਿਸਮੈਨ ਜਿਹੜੇ ਨੇ ਪੰਜਾਬ ਦੇ ਠੀਕ ਹੈ ਜੀ ਉਹਨਾਂ ਲਈ 400 ਰੁਪਏ ਸਿਰਫ ਐਪਲੀਕੇਸ਼ਨ ਫੀ ਹੈ ਤੇ ਐਸਸੀਐਸਟੀ ਕੈਂਡੀਡੇਟ ਜਿਹੜੇ ਸਟੇਟ ਬੈਕਵਰਡ ਕਲਾਸ ਦੇ ਨੇ 400 ਰੁਪਏ ਐਪਲੀਕੇਸ਼ਨ ਫੀ 150 ਰੁਪਏ ਐਗਜ਼ਾਮੀਨੇਸ਼ਨ ਫੀ ਪੇ ਕਰਨੀ ਹੋਏਗੀ ਟੋਟਲ 550 ਰੁਪਏ ਪੇ ਕਰਨੇ ਪੈਣਗੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ 400 ਰੁਪਏ ਐਪਲੀਕੇਸ਼ਨ ਫੀ ਤੇ 150 ਰੁਪਏ ਐਗਜ਼ਾਮੀਨੇਸ਼ਨ ਫੀ ਪੇ ਕਰਨੀ ਹੋਏਗੀ ਟੋਟਲ 550 ਦੇ ਦੇ ਕਰਨੇ ਹੋਣਗੇ ਜੀ ਨੈਕਸਟ ਅਗਰ ਅਸੀਂ ਗੱਲ ਕਰਦੇ ਮੋਡ ਆਫ ਪੇਮੈਂਟ ਜਿੱਦਾਂ ਕਿ ਮੈਂ ਦੱਸਿਆ ਆਨਲਾਈਨ ਪੇ ਕਰਨੀ ਹੈ ਸੋ ਆਨਲਾਈਨ ਪ੍ਰੋਸੀਜਰ ਦੇ ਲਈ ਉਹਨਾਂ ਨੇ ਮੈਂਸ਼ਨ ਕੀਤਾ ਹੈ ਲਿੰਕ ਇਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਅਪਲਾਈ ਕਰ ਲੈਣਾ ਨੋਟੀਫਿਕੇਸ਼ਨ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਡਾਊਨਲੋਡ ਕਰ ਲੈਣਾ ਜੀ ਉੱਥੇ ਤੁਸੀਂ ਕੋਈ ਡਾਊਟ ਹੋਵੇ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਨਵੇਂ ਨਵੇਂ ਰਿਕਰੂਟਮੈਂਟ ਇਸੇ ਤਰ੍ਹਾਂ ਲੈ ਕੇ ਆਂਦਾ ਰਵਾਂਗਾ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੀਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਕੋਈ ਡਾਊਟ ਹੋਏ ਤਾਂ ਜ਼ਰੂਰ ਦੱਸਣਾ ਜੀ ਔਰ ਇਸ ਦੇ ਵਿੱਚ ਜਿਹੜੀਆਂ ਪੋਸਟਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨੇ ਹੈੱਡ ਕਨਸਟੇਬਲ ਦੀਆਂ ਜਿਹੜੀਆਂ ਨੇ ਇਨਵੈਸਟੀਗੇਸ਼ਨ ਕਾਡਰ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਸੋ ਇਸ ਦੇ ਵਿੱਚ ਟੋਟਲ ਪੋਸਟਾਂ ਜਿਹੜੀਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਵਾਰੀ ਇਹ ਟੋਟਲ ਪੋਸਟ ਆਊਟ ਕੀਤੀਆਂ ਗਈਆਂ ਨੇ ਉਹ ਵੈਸੇ 811 ਨੇ ਲੇਕਿਨ ਇਹਦੇ ਸਪੋਰਟਸ ਪਰਸਨ ਦੀ 24 ਪੋਸਟਾਂ ਰਿਜ਼ਰਵ ਰੱਖੀਆਂ ਗਈਆਂ ਨੇ ਔਰ ਬਾਕੀ ਦੇ ਬਚੇ 778 ਪੋਸਟਾਂ ਦੇ ਵਿੱਚੋਂ ਵੀ ਜਿਹੜੀਆਂ ਬਾਕੀ ਪੋਸਟਾਂ ਨੇ 257 ਉਹ ਫੀਮੇਲ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਸੋ ਤੁਸੀਂ ਇਹਦੇ ਲਈ ਅਪਲਾਈ ਕਰਨ ਤੋਂ ਪਹਿਲਾਂ ਆਪਣੀ ਕੈਟਾਗਰੀ ਵਾਈਜ਼ ਜ਼ਰੂਰ ਚੈੱਕ ਕਰ ਲੈਣਾ ਸੋ ਇਹ ਸੀਗਾ ਜੀ ਅੱਜ ਦਾ ਇਨਫੋਰਮੇਸ਼ਨ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਜੀ